ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਨਜੀਤ ਕੌਰ ਪੇਸ਼ ਨਹੀਂ ਹੁੰਦਕੀ ਆ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਭਗਤੀ ਦੀ ਭਾਵਨਾ ਸਾਨੂੰ ਇੱਕ ਲੜੀ ਵਿੱਚ ਪਰਉਂਦੀ ਹੈ ਆਕਾਸ਼ਵਾਣੀ ਦੇ ਮਨ ਕੀ ਬਾਤ ਪ੍ਰੋਗਰਾਮ ਦੌਰਾਨ ਪਲਕੇ ਮਨਾਏ ਜਾਣ ਵਾਲੇ ਕਾਰਗਿਲ ਵਿਜੇ ਦਿਵਸ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਰਗਿਲ ਦੀ ਜੰਗ ਭਾਰਤ ਦੀਆਂ ਫੌਜਾਂ ਦੀ ਵੀਰਤਾ ਤੇ ਹੌਸਲੇ ਦਾ ਅਜੇਹਾ ਪ੍ਰਤੀਕ ਹੈ ਜਿਸ ਨੂੰ ਪੂਰੀ ਦੁਨੀਆ ਨੇ ਦੇਖਿਆ ਹੈ ਉਨਾ ਕਿਹਾ ਕਿ ਇਸ ਵਾਰ ਇਹ ਮਾਣ ਵਾਲਾ ਦਿਨ ਅੰਮ੍ਰਿਤ ਮਹਾਉਤਸਵ ਦੇ ਦਰਮਿਆਨ ਮਨਾਇਆ ਜਾਵੇਗਾ ਜਿਸ ਕਰਕੇ ਹੋਰ ਵੀ ਖਾਸ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਨੂੰ ਕਾਰਗਿਲ ਜੰਗ ਦੀਆਂ ਗਾਥਾਵਾਂ ਪੜ੍ਹਨੀਆਂ ਚਾਹੀਦੀਆਂ ਨਹੀਂ ਤੇ ਕਾਰਗਿਲ ਦੇ ਯੋਧਿਆਂ ਨੂੰ ਸਜਦਾ ਕਰਨਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ 15 ਅਗਸਤ ਨੂੰ ਦੇਸ਼ ਆਜ਼ਾਦੀ ਦੇ 75ਵੇਂ ਸਾਲ ਵਿੱਚ ਦਾਖਲ ਹੋਣ ਜਾ ਰਿਹਾ ਹੈ ਅਤੇ ਸਾਡੇ ਸਾਰਿਆਂ ਲਈ ਇਹ ਭਾਗਾਂ ਵਾਲੀ ਗੱਲ ਹੈ ਕਿ ਜਿਸ ਦੇਸ਼ ਨੇ ਸਦੀਆਂ ਤੱਕ ਆਜ਼ਾਦੀ ਦੀ ਉਡੀਕ ਕੀਤੀ ਉਸ ਦੇ 75 ਵਰੇ ਪੂਰੇ ਹੋਣ ਦੇ ਅਸੀਂ ਗਵਾਹ ਬਣ ਰਹੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲ ਸੰਭਾਲ ਦਾ ਮੁੱਦਾ ਬੇਹੱਦ ਮਹੱਤਵਪੂਰਨ ਹੈ ਕਈ ਥਾਈ ਲੋਕ ਮੀਂਹ ਦੀ ਇੱਕ ਇੱਕ ਬੂੰਦ ਨੂੰ ਤਰਸਦੇ ਸੀ ਅਤੇ ਇਸ ਲਈ ਪਾਣੀ ਦੀ ਸੰਭਾਲ ਸਾਡੇ ਸੰਸਕਾਰਾਂ ਦਾ ਹਿੱਸਾ ਰਹੀਏ ਉਹਨਾਂ ਕਿਹਾ ਕਿ ਹੁਣ ਜਨ ਭਾਗੀਦਾਰੀ ਨਾਲ ਜਲ ਸੰਭਾਲ ਨੇ ਉਥੋਂ ਦੀ ਤਸਵੀਰ ਬਦਲ ਦਿੱਤੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਾਣੀ ਦੀ ਇੱਕ ਇੱਕ ਬੂੰਦ ਨੂੰ ਬਚਾਉਣਾ ਪਾਣੀ ਦੀ ਬਰਬਾਦੀ ਨੂੰ ਰੋਕਣਾ ਇਹ ਸਾਡੀ ਜੀਵਨ ਜਾਂਚ ਦਾ ਹਿੱਸਾ ਬਣਨਾ ਚਾਹੀਦਾ ਹੈ ਪ੍ਰਧਾਨ ਮੰਤਰੀ ਨੇ ਕੌਮੀ ਦਸਤਕਾਰੀ ਦਿਵਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਾਂ ਕਿ ਅਸੀਂ ਵੋਕਲ ਫॉर ਲੋਕਲ ਜੀਆਂ ਮੁਹਿੰਮਾਂ ਰਾਹੀਂ ਆਪਣਾ ਰੋਜ਼ਾਨਾ ਦਾ ਕੰਮਕਾਰ ਕਰਦੇ ਰਾਸ਼ਟਰ ਨਿਰਮਾਣ ਵਿੱਚ ਭਾਗੀਦਾਰ ਬਣ ਸਕਦੇ ਹਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇਸ਼ਾ ਵਿੱਚ ਕੀਤੇ ਗਏ ਛੋਟੇ-ਛੋਟੇ ਯਤਨ ਵੱਡੇ ਨਤੀਜੇ ਲਿਆ ਸਕਦੇ ਨੇ ਪ੍ਰਧਾਨ ਮੰਤਰੀ ਨੇ ਨਾਗਰਿਕਾਂ ਨੂੰ ਸਥਾਨਕ ਉਦਮੀਆਂ ਸ਼ਿਲਪਕਾਰਾਂ ਤੇ ਬੁਣਕਰਾਂ ਨੂੰ ਸਹਿਯੋਗ ਦੇਣ ਲਈ ਕਿਹਾ ਪ੍ਰਧਾਨ ਮੰਤਰੀ ਨੇ ਟੋਕੀਓ 올림픽ਸ ਲਈ ਗਏ ਭਾਰਤੀ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਦੀ ਦੇਸ਼ਵਾਸੀਆਂ ਨੂੰ ਅਪੀਲ ਕੀਤੀ। ਉਹਨਾਂ ਕਿਹਾ ਕਿ ਇਹ ਖਿਡਾਰੀ ਜੀਵਨ ਦੀਆਂ ਅਣਗਿਣਤ ਚੁਣੌਤੀਆਂ ਨੂੰ ਪਾਰ ਕਰਦੇ ਹੋਏ ਉੱਥੇ ਪਹੁੰਚੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ਵਾਸੀਆਂ ਦਾ ਪਿਆਰ ਅਤੇ ਸਹਿਯੋਗ ਇਨ੍ਹਾਂ ਖਿਡਾਰੀਆਂ ਦੀ ਤਾਕਤ ਹੈ। ਮੋਦੀ ਨੇ ਸੋਸ਼ਲ ਮੀਡੀਆ ਤੇ ਭਾਰਤੀ ਖਿਡਾਰੀਆਂ ਦੇ ਹੱਕ ਵਿੱਚ ਸ਼ੁਰੂ ਹੋਈ ਵਿਕਟਰੀ ਪੰਜ ਮੁਹਿੰਮ ਨਾਲ ਸਾਰਿਆਂ ਨੂੰ ਜੁੜਨ ਦੀ ਅਪੀਲ ਕੀਤੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਤੇ ਕਸ਼ਮੀਰ ਤੇ ਲਦਾਖ ਦੇ ਚਾਰ ਦਿਨਾਂ ਦੌਰੇ ਤੇ ਅੱਜ ਸ਼੍ਰੀਨਗਰ ਪੁੱਜੇ ਸ਼੍ਰੀਨਗਰ ਹਵਾਈ ਅੱਡੇ ਤੇ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿੰਘਾ ਤੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਰਾਸ਼ਟਰਪਤੀ ਨੂੰ ਜੀ ਆਇਆਂ ਆਖਿਆ ਰਾਸ਼ਟਰਪਤੀ ਨੂੰ ਰਵਾਇਤੀ ਢੰਗ ਨਾਲ ਗਾਰਡ ਆਫ ਆਨਰ ਪੇਸ਼ ਕੀਤਾ ਗਿਆ ਰਾਸ਼ਟਰਪਤੀ ਦੀ ਆਮਦ ਦੇ ਮੱਦੇਨਜ਼ਰ ਸਮੁੱਚੀ ਕਸ਼ਮੀਰ ਕਾ ਟੀਵੀ ਸੁਰੱਖਿਆ ਵਧਾ ਦਿੱਤੀ ਗਈ ਹੈ ਰਾਸ਼ਟਰਪਤੀ ਵੱਲੋਂ ਜਿਨ੍ਹਾਂ ਥਾਵਾਂ ਦਾ ਦੌਰਾ ਕੀਤਾ ਜਾਣਾ ਹੈ ਖਾਸ ਤੌਰ ਤੇ ਉਹਨਾਂ ਥਾਵਾਂ ਦੁਆਲੇ ਬਹੁਤ ਪਰਤੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਪ੍ਰਧਾਨ ਰਾਮਨਾਥ ਕੋਵਿੰਦ ਦੇ ਠਹਿਰਨ ਦੀਆਂ ਆਮ ਜਨਤਾ ਲਈ ਬੰਦ ਕਰ ਦਿੱਤੀ ਗਈ ਹੈ ਆਪਣੇ ਇਸ ਜ਼ੋਰੀ ਦੌਰਾਨ ਰਾਸ਼ਟਰਪਤੀ ਰਾਮਨਾਥ ਕੋਵਿੰਦ ਰਾਜ ਦੇ ਕਾਰਗਿਲ ਜੰਗੀ ਯਾਦਗਾਰ ਤੇ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ ਜ਼ਿਕਰਯੋਗ ਹੈ ਕਿ ਪਲਕੇ ਕਾਰਗਿਲ ਵਿਜੇ ਦਿਵਸ ਦੀ ਮੰਗਲਵਾਰ 27 ਜੁਲਾਈ ਨੂੰ ਰਾਸ਼ਟਰਪਤੀ ਸ਼ਹਿਰਗਰ ਵਿੱਚ ਯੂਨੀਵਰਸਿਟੀ ਆਫ ਕਸ਼ਮੀਰ ਦੇ ਉਨੀਵੇਂ ਸਾਲਾਨਾ ਕਨਵੋਕੇਸ਼ਨ ਸਮਾਗਮ ਨੂੰ ਸੰਬੋਧਨ ਕਰਨਗੇ ਛੀ ਵਰਦੀ ਵਿਸ਼ਵ ਚੈਂਪੀਅਨ ਭਾਰਤੀ ਮਹਿਲਾ ਮੁੱਕੇਬਾਜ਼ ਐਮਸੀ ਮੈਰੀਕੋਮ ਨੇ ਟੋਕੀਓ 올림픽ਸ ਵਿੱਚ 51 ਕਿਲੋਗ੍ਰਾਮ ਭਾਰ ਵਰਗ ਵਿੱਚ ਅੱਜ ਆਪਣੇ ਪਹਿਲੇ ਮੈਚ ਵਿੱਚ ਡੋਮਿਨਿਕ ਰਿਪਬਲਿਕ ਹਰਨੀਡਸ ਗਾਰਸਿਆ ਨੂੰ 4-1 ਨਾਲ ਹਰਾਇਆ। ਵਿਰੋਧੀ ਮੁੱਕੇਬਾਜ਼ ਨੇ ਵੀ ਜ਼ਬਰਦਸਤ ਤਾਕਤ ਦਿਖਾਈ ਪਰ ਮੈਰੀਕੋਮ ਦੇ ਤਜਰਬੇ ਦੇ ਸਾਹਮਣੇ ਨਹੀਂ ਖੜ ਸਕੀ। ਬੈਡਮਿੰਟਨ ਮੁਕਾਬਲਿਆਂ ਵਿੱਚ ਭਾਰਤੀ ਸ਼ਟਲਰ ਪੀਵੀ ਸਿੰਧੂ ਨੇ ਪਹਿਲੇ ਮੈਚ ਵਿੱਚ ਜਿੱਤ ਦਰਜ ਕਰਦਿਆਂ ਜੇਤੂ ਸ਼ੁਰੂਆਤ ਕੀਤੀ। ਗਰੁੱਪ ਜੇ ਦੇ ਅੱਜ ਖੇਡੇ ਗਏ ਮੈਚ ਵਿੱਚ ਸਿੰਧੂ ਨੇ ਇਜ਼ਰਾਈਲ ਦੀ ਕਿਸੀਨਿਆ ਪੋਲੀਕਾਰਪੋਵਾ ਨੂੰ 21 7 21 10 ਦੇ ਸਿੱਧੇ ਸੈਟਾਂ ਵਿੱਚ ਮਾਤ ਦਿੱਤੀ। ਸਿੰਧੂ ਨੇ ਕੇਵਲ 28 ਮਿੰਟਾਂ ਵਿੱਚ ਪੋਲੀਕਾਰਪੋਵਾ ਨੂੰ ਹਰਾਇਆ। ਗਰੁੱਪ ਪੱਧਰ ਮੁਕਾਬਲੇ ਵਿੱਚ ਸਿੰਧੂ ਦਾ ਅਗਲਾ ਮੁਕਾਬਲਾ ਹਾਂਗਕਾਂਗ ਦੀ ਚੌਂਗ ਨਗਾਨ ਨਾਲ ਹੋਵੇਗਾ। ਨਿਸ਼ਾਨੇਬਾਜ਼ੀ ਦੇ ਮੈਲਾ ਵਰਗ ਵਿੱਚ 10 ਮੀਟਰ 에ਅਰ ਪਿਸਟਲ ਮੁਕਾਬਲਿਆਂ ਦੀ ਅੱਜ ਖੇਡੇ ਗਏ ਕੁਆਲੀਫਾਈ ਗੇਟ ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਮਨੂ ਪਾਕਰ ਅਤੇ ਯਸ਼ਸ਼ਵਨੀ ਦੇਸਵਾਲ ਫਾਈਨਲ ਮੁਕਾਬਲੇ ਵਿੱਚ ਦਾਖਲ ਹੋਣ ਵਿੱਚ ناکਾਮ ਰਹੀਆਂ। ਪੁਰਸ਼ਾਂ ਦੇ 10 ਮੀਟਰ 에ਅਰ ਰਾਈਫਲ ਮੁਕਾਬਲੇ ਵਿੱਚ ਅੱਜ ਭਾਰਤ ਦੇ ਦੀਪਕ ਕੁਮਾਰ ਅਤੇ ਦਿਵਯਾਂਤ ਸਿੰਘ ਕੁਆਲੀਫਾਈ ਗੇਟ ਵਿੱਚ ਬਾਹਰ ਹੋ ਗਏ ਨੇ। ਪੁਰਸ਼ਾਂ ਦੇ 10 ਮੀਟਰ 에ਅਰ ਪਿਸਟਲ ਮੁਕਾਬਲੇ ਵਿੱਚ ਭਾਰਤੀ ਨਿਸ਼ਾਨੇਬਾਜ਼ ਸੌਰਵ ਚੌਧਰੀ ਫਾਈਨਲ ਗੇਟ ਵਿੱਚ ਪਹੁੰਚ ਗਏ ਨੇ। ਕਿਸ਼ਤੀ ਦੌੜ ਦੇ ਅੱਜ ਹੋਏ ਮੁਕਾਬਲੇ ਵਿੱਚ ਭਾਰਤੀ ਖਿਡਾਰੀ ਅਰਜੁਨ ਲਾਲ ਅਤੇ ਅਰਵਿੰਦ ਸਿੰਘ ਸੈਮੀਫਾਈਨਲ ਮੁਕਾਬਲੇ ਲਈ ਕੁਆਲੀਫਾਈ ਕਰ ਗਏ ਨੇ। ਟੈਨਿਸ ਦੇ ਅੱਜ ਖੇਡੇ ਗਏ ਮਹਿਲਾਵਾਂ ਦੇ ਡਬਲਸ ਵਰਗ ਦੀ ਮੈਚ ਵਿੱਚ ਭਾਰਤ ਦੀ ਸਾਨੀਆ ਮਿਰਜ਼ਾ ਤੇ ਅੰਕਿਤਾ ਰੈਣਾ ਦੀ ਜੋੜੀ ਯੂਕਰੇਨ ਦੀ ਨਾਦੀਆ ਅਤੇ ਲਿਉਡਮਾਇਲਾ ਦੀ ਜੋੜੀ ਹੱਥੋਂ ਹਾਰ ਕੇ ਮੁਕਾਬਲੇ ਵਿੱਚ ਬਾਹਰ ਹੋ ਗਈ ਏ। ਟੇਬਲ ਟੈਨਿਸ ਦੇ ਅੱਜ ਖੇਡੇ ਗਏ ਇੱਕ ਮੁਕਾਬਲੇ ਵਿੱਚ ਭਾਰਤ ਦਾ ਸਟਾਰ ਪੈਡਲਰ ਗਣੇਸ਼ਕਰਨ ਹਾਂਗਕਾਂਗ ਦੇ ਸਿਊ ਹਾਂਗ ਲਾਮ ਹੱਥੋਂ 3-4 ਦੇ ਫਰਕ ਨਾਲ ਹਾਰ ਗਿਆ ਏ। ਖਬਰਾਂ ਦੇ ਬੁਲੇਟਿਨ ਸਾਡੀ ਦਰਸ਼ਕ RNU DDK ਜਲੰਧਰ ਦੇ YouTube ਚੈਨਲ Facebook ਅਤੇ Twitter handle page ਤੇ ਵੀ ਵੇਖ ਸਕਦੇ ਨੇ। ਇਸ ਦਿਨਾਰੀ ਖਬਰਾਂ ਦੇ ਬੁਲੇਟਿਨ ਖਤਮ ਹੁੰਦਾ ਹੈ ਆਗਿਆ ਦਿਓ ਨਮਸਕਾਰ